ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੰਦਾ ਪਾਣੀ ਸਾਡੇ ਘਰਾਂ 'ਚ ਆਉਂਦਾ ਆ, ਰਾਹਾਂ 'ਚ ਆਉਂਦਾ ਆ, ਬਹੁਤ ਨਿਕਲ ਨਹੀਂ ਸਕਦੇ ਬਾਹਰ, ਬੱਚੇ ਰੋਂਦੇ ਕਲਾਂਦੇ ਫਿਰਦੇ ਆ, ਛੱਪੜ ਦੇ ਖੂਹ ਪਚਾਈ ਜਾਂਦੇ ਆ, ਆਪਣੇ ਸਾਡਾ ਮਹੱਲਾ ਡੁੱਬ ਜਾਂਦੇ ਆ, ਕਿੱਥੇ ਜਾਈਏ, ਕੋਈ ਸੁਣਦਾ ਹੀ ਸਾਡੀ ਗੱਲ, ਅਸੀਂ ਸੁਣਦਾ ਸਾਡੀ ਬੋਟ ਲੈ ਕੇ ਚੱਲ ਜਾਂਦੇ ਆ, ਕਹਿੰਦੇ ਮੁੜ ਕੇ ਬਾਤ ਨਹੀਂ ਪੁੱਛਦੇ, ਕੋਈ ਡੁੱਬੀ ਜਾਵੇ, ਕੋਈ ਕੁੱਤਰੀ ਜਾਵੇ, ਕੁਛ ਨਹੀਂ, ਕੋਈ ਇੱਕ ਵੀ ਬੋਟ ਨਾ ਦੇਵਾਂਗੇ ਨਾ, ਜਿਹੜਾ ਇਨਸਾਨ ਸਾਡੀ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ, ਸਾਡੀ ਜ਼ਿੰਦਗੀ ਖਰਾਬ ਕੀਤੀ, ਜੁੱਤੀਆਂ ਦਾ ਹਾਰ ਪਾ ਕੱਢਾਂਗੇ ਜਿਹੜੇ ਵੋਟਾਂ ਮੰਗਣ ਆਉਂਗੇ, ਕਾਲਾ ਮੂੰਹ ਕਰਾਂਗੇ ਉਹਨਾਂ ਦਾ ਜੇ ਵੋਟਾਂ ਮੰਗਣ ਆਉਂਗੇ ਇਸ ਟਾਈਮ। ਅਸੀਂ ਨਹੀਂ ਕਿਸੇ ਨੂੰ ਬਣ ਦੇਣਾ ਪਿੰਡ 'ਚ, ਬਣ ਦੇਣਾ ਨਾ ਵੋਟ ਪਾਉਣੀ ਆ ਨਾ ਪਿੰਡ 'ਚ ਬਣ ਦੇਣਾ ਕਿਸੇ ਨੂੰ, ਬਾਜੀਘਾਟ ਕਰਾਂਗੇ ਪਿੰਡ, ਸਾਡੇ ਪਿੰਡ ਵਿੱਚ ਵੋਟ ਲੈਣ ਕੋਈ ਆਵੇ ਜਾਂ ਸਾਡਾ ਕੋਈ ਕੰਮ ਨਹੀਂ ਕਰਨਾ, ਸਾਨੂੰ ਬਹੁਤ ਲਾਰੇ ਲਾਉਂਦੇ, ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਇਸ ਵੇਲੇ ਅਸੀਂ ਕੋਈ ਸਰਕਾਰ ਨਹੀਂ ਦੇਖੀ ਜੋ ਕਿ ਸਾਡੇ ਪਿੰਡ ਦੇ ਧਲੇਤੇ ਦਾ ਨਹੀਂ, ਇਹ ਛੱਪੜ ਦਾ ਮਸਲਾ ਹੱਲ ਹੀ ਨਹੀਂ ਕੀਤਾ। ਜਦ ਵੀ ਜ਼ਿਮੀਂਦਾਰ ਉੱਠਦੇ ਆ, ਉੱਠ ਕੇ ਸਾਡੇ ਘਰਾਂ ਦੇ ਵਿੱਚ ਆ ਕੇ ਬੰਨ ਲਾ ਜਾਂਦੇ ਆ, ਪਾਣੀ ਜਿਹੜਾ ਪਿੰਡ ਦੇ ਵਿੱਚ ਵੜਦਾ ਜ਼ਿਮੀਂਦਾਰਾਂ ਨੇ ਲਾਇਆ ਬੰਨ, ਸਰਪੰਚ ਨੇ ਲਵਾਇਆ, ਜੇ ਵੀ ਸੀ ਆਪਣੀ ਭੇਜ ਕੇ, ਸਰਪੰਚ ਮੌਜੂਦਾ ਨੇ, ਮੌਜੂਦਾ ਸਰਪੰਚ, ਕੀ ਨਾਮ ਉਹਨਾਂ ਦਾ? ਹਰਜੀਤ ਸਿੰਘ। ਔਰ ਜੇ ਸਾਡੀ ਪ੍ਰਸ਼ਾਸਨ ਨੇ ਜਾਂ ਕਿਸੇ ਹੋਰ ਨੇ ਨਹੀਂ ਸੁਣੀ ਤਾਂ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਊਗਾ, ਔਰ ਅਸੀਂ ਕਿਸੇ ਵੀ ਹੱਦ ਤੱਕ ਜਿਹੜਾ ਸੰਘਰਸ਼ ਉਹਨੂੰ ਲੈ ਕੇ ਜਾਵਾਂਗੇ। ਸਰਕਾਰਾਂ ਆਉਂਦੀਆਂ ਜਾਂਦੀਆਂ, ਕਈ ਵਾਰੀ ਲਾਰੇ ਲਾ ਜਾਂਦੇ ਆ, ਐਤਕੀ ਅਗਲੀ ਵਾਰ ਆਊਗਾ, ਅਗਲੀ ਵਾਰ ਕਰਾਂਗੇ, ਇਸ ਵਾਰ ਕਰਾਂਗੇ, ਪਰ ਕੋਈ ਫਾਇਦਾ ਨਹੀਂ। ਸਾਂਝ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਹਲਕਾ ਫਲੋਰ ਦੇ ਵੱਖ ਵੱਖ ਜਿਹੜੇ ਇੱਥੋਂ ਦੇ ਜ਼ਿੰਮੇਵਾਰ ਨੇ, ਰਾਜਨੀਤਿਕ ਨੇ, ਉਹ ਕਿਵੇਂ ਦੀਆਂ ਟਾਰਾਂ ਮਾਰਦੇ ਨੇ ਉਹ ਤੁਸੀਂ ਚੰਗੀ ਤਰ੍ਹਾਂ ਦੇਖਦੇ ਆ। ਚੋਣਾਂ ਦੌਰਾਨ ਵੀ ਉਹਨਾਂ ਨੇ ਕਿਹੜੇ ਕਿਹੜੇ ਵਾਅਦੇ ਕੀਤੇ ਨੇ, ਇਹ ਕਿੰਨੇ ਪੂਰੇ ਕੀਤੇ ਨੇ, ਕਿੰਨੇ ਅੱਜ ਅਧੂਰੇ ਨੇ, ਤੁਹਾਨੂੰ ਸਭ ਪਤਾ ਹੈ। ਔਰ ਅਸੀਂ ਦਿਖਾਉਂਦੇ ਹਾਂ ਜ਼ਿਲ੍ਹਾ ਜਲੰਧਰ ਦਾ ਹਲਕਾ ਫਲੋਰ ਦਾ ਪਿੰਡ ਧਲੇਤਾ, ਬਿਲਕੁਲ ਗੁਰਾਇਆਂ ਦੇ ਕੋਲ, ਇੱਥੇ ਲੋਕ ਕਿਵੇਂ ਇਹ ਸਮੱਸਿਆਵਾਂ ਨਾਲ ਜੂਝ ਰਹੇ ਨੇ। ਪਿੰਡ ਛੱਪੜ ਜਿਹੜਾ ਹੈਗਾ ਆ ਉਹ ਪੂਰਾ ਪਾਣੀ ਦੇ ਨਾਲ ਭਰਿਆ, ਇਹ ਪਾਣੀ ਜਿਹੜਾ ਆ ਉਹ ਲੋਕਾਂ ਦੇ ਘਰਾਂ ਵਿੱਚ ਗਿਆ ਹੈ, ਹਾਲਾਂਕਿ ਬਰਸਾਤ ਵੀ ਨਹੀਂ ਹੈ, ਬਿਲਕੁਲ ਥੋੜ੍ਹਾ ਥੋੜ੍ਹਾ ਜਦੋਂ ਮੀਂਹ ਪੈਂਦਾ ਫਿਰ ਵੀ ਜਿਹੜਾ ਪਾਣੀ ਹੈਗਾ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਚਲ ਜਾਂਦਾ, ਲੋਕ ਲੰਘਣ ਲਈ ਕਿਵੇਂ ਔਖੇ ਹੁੰਦੇ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ। ਅੱਜ ਲੋਹੜੀ ਦਾ ਤਿਉਹਾਰ ਹੈਗਾ, ਪੂਰੇ ਸੰਸਾਰ ਭਰ ਦੇ ਵਿੱਚ ਬੜੇ ਚਾਵਾਂ ਅਤੇ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ। ਪਿੰਡਾਂ ਦੇ ਵਿੱਚ ਰੌਣਕਾਂ ਹੋਣਗੀਆਂ ਲੋਹੜੀ ਦੀਆਂ, ਪਰ ਜਿਹੜਾ ਇਹ ਪਿੰਡ ਧਲੇਤਾ ਹੈ, ਹਲਕਾ ਫਿਲੌਰ ਦਾ, ਜ਼ਿਲ੍ਹਾ ਜਲੰਧਰ ਦਾ, ਇੱਥੇ ਲੋਕ ਗੰਦੇ ਪਾਣੀ ਤੋਂ ਇੰਨਾ ਦੁਖੀ ਨੇ ਕਿ ਇਹਨਾਂ ਨੂੰ ਲੋਹੜੀ ਭੁੱਲ ਗਈ, ਤਿਉਹਾਰ ਭੁੱਲ ਗਿਆ, ਅਤੇ ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕਰਨ ਲਈ ਮਜਬੂਰ ਨੇ। ਅਤੇ ਆਓ ਪੁੱਛਦੇ ਹਾਂ ਇਹ ਲੋਕ ਜਿਹੜੇ ਆ ਇਹ ਸੜਕਾਂ 'ਤੇ ਕਿਉਂ ਉਤਰੇ ਨੇ। ਅਸੀਂ ਦੇਖਿਆ ਘੁੰਮ ਕੇ ਕਿ ਪਿੰਡ ਦੇ ਵਿੱਚ ਜਿਹੜਾ SC ਮਹੱਲਾ ਖਾਸ ਕਰਕੇ, ਇੱਥੇ ਦਾ ਜਿਹੜਾ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਉਹ ਰਸਤੇ 'ਚ ਆਇਆ, ਰਸਤੇ ਦਾ ਪਾਣੀ ਜਿਹੜਾ ਉਹ ਨਾਲੀਆਂ ਭਰ ਕੇ ਉਹ ਘਰਾਂ ਦੇ ਵਿੱਚ ਵੀ ਜਾ ਚੁੱਕਾ ਹੈ, ਲੋਕ ਗੋਡੇ ਗੋਡੇ ਪਾਣੀ ਦੇ ਵਿੱਚ ਦੀ ਲੰਘਣ ਲਈ ਮਜਬੂਰ ਨੇ। ਇਹ ਵੀ ਪਿੰਡ ਵਾਲੀ ਵਾਸੀਆਂ ਨੇ ਦੱਸਿਆ ਕਿ ਇੱਥੋਂ ਦਾ ਜਿਹੜਾ ਪਾਣੀ ਰਸਤੇ ਦੇ ਰਾਹੀਂ ਓਵਰਫਲੋ ਹੋ ਕੇ ਜਿਹੜਾ ਅੱਗੇ ਨਿਕਲਦਾ ਸੀ ਉਹ ਖੇਤਾਂ ਦੇ ਵੱਲ ਨੂੰ, ਉਹ ਕੁਝ ਵਿਅਕਤੀਆਂ ਨੇ ਉੱਥੇ ਨੱਕਾ ਲਗਾ ਕੇ ਪਾਣੀ ਰੋਕ ਦਿੱਤਾ ਹੈ। ਬੀਬੀ ਇਹ ਕੀ ਮੁਸ਼ਕਲ ਹੈਗੀ ਆ ਤੁਹਾਨੂੰ? ਸਾਨੂੰ ਕੀ ਮੁਸ਼ਕਲ, ਇਹ ਜਾਂ ਪਾਣੀ ਦੀ ਆ ਸਮੱਸਿਆ ਜ਼ਿਆਦਾ, ਬਹੁਤ ਦੁਖੀ ਹਾਂ। ਕਦੋਂ ਕਦਾ ਪਾਣੀ ਇੱਦਾਂ ਹੀ ਇੱਥੇ ਹੋ ਗਿਆ, 5-7 ਸਾਲ ਪਾਣੀ ਇੱਦਾਂ ਹੀ ਰਹਿੰਦਾ।
ਇੱਥੇ ਤੁਸੀਂ ਕਿਵੇਂ ਗੁਜ਼ਾਰਾ ਕਰਦੇ ਆ ਅੱਜ ਜਿਵੇਂ ਥੋੜਾ ਥੋੜਾ ਮੀਂਹ ਵੀ ਪੈ ਰਿਹਾ ਹੈਗਾ? ਲੋਹੜੀ ਦਾ ਤਿਉਹਾਰ, ਲੋਹੜੀ ਨਿਆਣਿਆਂ ਨੇ ਮੰਗਣੀ ਸੀਗੀ, ਸਾਰਾ ਵਿੱਚੇ ਰਹਿ ਗਿਆ। ਬਸ ਵਿੱਚੇ ਕੋ ਵਿਚਾਰੇ ਮੁੜ ਗਏ ਪਿੱਛੇ ਨੂੰ, ਲੱਤਾਂ ਬਾਹਾਂ ਟੁੱਟਣ ਦਾ ਖਤਰਾ ਕਰਦੇ ਆ ਨਾ, ਛੱਪੜ ਲੱਗੇ ਪਏ ਆ, ਅੰਦਰ ਹੀ ਪਾਣੀ ਆ, ਦੇਖ ਲੈਣ ਆਣ ਕੇ। ਲੋਹੜੀ ਤਾਂ ਕੀ ਮੰਗਣੀ ਆ, ਲੋਹੜੀ ਤਾਂ ਭੁੱਲੇ ਹੀ ਗਈ। ਬਹੁਤ ਮੁਸ਼ਕਿਲਾਂ ਸਾਡੀਆਂ, ਤੇ ਜੱਟਾਂ ਨੇ ਸਾਡੇ ਬੰਨ ਲਾ ਤੇ ਮੋਹਰੇ ਸਰਪੰਚ ਦੇ ਨਾਲ ਹੋ ਕੇ, ਇਹ ਜ਼ਰੂਰੀ ਆ। ਜਦ ਸਰਪੰਚ ਨੂੰ ਆਪਾਂ ਵੋਟਾਂ ਪਾਉਂਦੇ ਹਾਂ ਤਾਂ ਇਸ ਕੰਮ ਦੇ ਥੋੜ੍ਹਾ ਪਾਉਂਦੇ ਹਾਂ ਵੀ ਤੁਸੀਂ ਸਾਰਿਆਂ ਦੀਆਂ ਵੀ ਰਲ ਕੇ ਕੰਮ, ਜੇ ਜ਼ਿਮੀਦਾਰਾਂ ਨਾਲ, ਸਰ ਜ਼ਿਮੀਦਾਰ ਤਾਂ ਉਹ ਵੀ ਆ ਪਰ ਸਾਡੇ ਬਾਰੇ ਨਹੀਂ ਕੁਛ ਸੋਚਦੇ। ਆਓ ਪੁੱਛਦੇ ਹਾਂ, ਇਹ ਹੋਰ ਵੀ ਬਹੁਤ ਸਾਰੇ ਜਿਹੜੀ ਔਰਤਾਂ ਹੈਗੀਆਂ ਇੱਥੇ, ਕੀ ਸਮੱਸਿਆ ਦੇ ਲਈ ਅੱਜ ਤੁਸੀਂ ਜਿੰਦਾਬਾਦ ਮੁਰਦਾਬਾਦ ਕਰ ਰਹੇ ਸੀਗੇ? ਭਾਜੀ ਪਾਣੀ ਦੀ ਸਮੱਸਿਆ ਬਹੁਤ ਜਾ, ਪਾਣੀ ਗੰਦਾ ਪਾਣੀ ਸਾਡੇ ਘਰਾਂ 'ਚ ਆਉਂਦਾ ਆ, ਰਾਹਾਂ 'ਚ ਆਉਂਦਾ ਆ, ਬਹੁਤ ਨਿਕਲ ਨਹੀਂ ਸਕਦੇ ਬਾਹਰ, ਬੱਚੇ ਰੋਂਦੇ ਕਲਾਉਂਦੇ ਫਿਰਦੇ ਆ, ਛੱਪੜ ਦੀ ਬਹੁਤ ਮਸਿਆ, ਬਹੁਤ ਸਰਪੰਚ ਰਲ ਕੇ ਬੰਨ ਲਵਾਇਆ। ਅੱਜ ਦਾ ਲੋਹੜੀ ਦਾ ਤਿਉਹਾਰ ਸੀ ਜਿੱਥੇ ਚਾਵਾਂ ਦੇ ਨਾਲ ਕੁੜੀਆਂ ਨੇ ਲੋਹੜੀ ਮੰਗਣੀ ਸੀ, ਲੋਕਾਂ ਨੇ ਘਰਾਂ ਨੇ ਪਾਉਣੀ ਸੀਗੀ, ਤੇ ਉਹ ਤਿਉਹਾਰ ਤਾਂ ਤੁਹਾਡਾ ਜਾਂਦਾ ਲੱਗਾ? ਨਹੀਂ ਨਹੀਂ, ਤਿਉਹਾਰ ਕੇ ਜਾਂ ਤਾਂ ਰੋਂਦੇ ਫਿਰਦੇ, ਬੱਚੇ ਡਿੱਗਦੇ ਆ ਪਾਣੀ ਦੇ, ਗੰਦੇ ਪਾਣੀ ਦੇ ਵਿੱਚ ਰੋਂਦੇ ਫਿਰਦੇ ਨਿਆਣੇ, ਤਿਉਹਾਰ ਕੀ ਮਨਾਉਣਾ ਨਿਆਣੇ ਤਾਂ ਉਸਦੇ ਵਿੱਚ ਨਿਕਲ ਨਹੀਂ ਸਕਦੇ ਘਰਾਂ 'ਚ, ਤਿਉਹਾਰ ਕਾਹਦਾ ਮਨਾਉਣਾ? ਇਹ ਜਿਹੜਾ ਪਾਣੀ ਦੀ ਸਮੱਸਿਆ, ਇਹ ਸਰਪੰਚ ਜਾਂ ਗੌਰਮੈਂਟ MLA MP ਇੱਥੇ ਦਾ, ਉਹ ਕੁਛ ਇਹਦਾ ਹੱਲ ਕੱਢਿਆ ਨਹੀਂ? ਕੋਈ ਨਹੀਂ ਕੁਛ ਵੀ ਕਰਦਾ, ਚਾਰ ਪੰਜ ਪੰਚਾਇਤਾਂ ਲੰਘ ਜੇ ਕੋਈ ਕੁਛ ਨਹੀਂ ਕਰਦਾ, ਬਸ ਇਹੀ ਕੰਮ ਕਰਦੀ ਹੈ। ਰਲ ਕੇ ਰਲ ਜਾਂਦੇ ਅਗਲੇ ਮੋਹਰੇ ਬੰਨ ਲਾ ਲਾ ਕੇ, ਹੁਣ ਪਾਣੀ ਸਾਰੇ ਘਰਾਂ ਨੂੰ ਬੋਲੀ ਜਾਂਦੇ ਆ, ਆਪਣੇ ਖੂਹ ਪਹੁੰਚਾਈ ਜਾਂਦੇ ਆ, ਆਪਣੇ ਸਾਡਾ ਮਹੱਲਾ ਡੋਬੀ ਜਾਂਦੇ ਆ, ਕਿੱਥੇ ਜਾਈਏ, ਕੋਈ ਸੁਣਦਾ ਹੀ ਸਾਡੀ ਗੱਲ? ਅਸੀਂ ਬਹੁਤ ਕੁਛ ਕਰਕੇ ਹਟ ਗਏ ਪਰ ਸਾਡੀ ਗੱਲ ਨਹੀਂ ਕੋਈ ਸੁਣਦਾ। ਤੁਸੀਂ ਕਦੀ MLA MP ਨੂੰ ਕਦੀ ਕਿਸੇ ਨੂੰ ਕਿਹਾ? ਹਾਂਜੀ, ਸਾਰਿਆਂ ਨੂੰ ਕਿਹਾ, ਕਿੰਨੀ ਵਾਰੀ ਫਰਮਾਂ ਬਣਾ ਕੇ ਇੱਥੇ ਭੇਜਦੇ ਆ, ਕੋਈ ਸੁਣਦਾ ਹੀ ਨਹੀਂ ਗੱਲ ਸਾਡੀ। DC ਵੀ ਆ ਸਕਿਆ, ਮੈਂ ਇੱਥੇ ਵੀਡੀਓ ਵੀ ਆਉਂਦੇ ਆ, ਸਾਰੇ ਆਉਂਦੇ ਪਰ ਸੁਣਦਾ ਨਹੀਂ ਸਾਡੀ ਗੱਲ ਕੋਈ ਵੀ। ਹਾਂਜੀ, ਤੇ ਜਿਹਨਾਂ ਲੋਕਾਂ ਨੂੰ ਤੁਸੀਂ ਵੋਟਾਂ ਪਾ ਕੇ MLA ਬਣਾ ਤਾ, MP ਬਣਾ ਤਾ, ਉਹਨਾਂ ਨੇ ਕੋਈ ਤੁਹਾਡੀ ਬਾਈ ਤਾਂ ਹੀ ਨਹੀਂ ਲਈ ਪਿੱਛੇ ਜੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਵੋਟਾਂ ਵੀ ਲੰਘ ਕੇ ਗਈਆਂ? ਕੋਈ ਨਹੀਂ ਸੁਣਦਾ ਸਾਡੀ, ਵੋਟਾਂ ਲੈ ਕੇ ਚੱਲ ਜਾਂਦੇ ਅਗਲੇ, ਮੁੜ ਕੇ ਬਾਤ ਨਹੀਂ ਪੁੱਛਦੇ, ਕੋਈ ਡੁੱਬੀ ਜਾਵੇ, ਕੋਈ ਕੁੱਤਰੀ ਜਾਵੇ, ਕੁਛ ਨਹੀਂ ਹੋਈ, ਕੋਈ ਜਦੋਂ ਮੁੜ ਕੇ ਆਉਂਦੇ ਦੁਬਾਰਾ ਫਿਰ ਵੋਟਾਂ ਮੰਗਣ ਦੇ ਵਾਸਤੇ, ਉਹਨਾਂ ਨੂੰ ਪੁੱਛਦੇ ਨਹੀਂ ਤੁਸੀਂ? ਨਹੀਂ ਨਹੀਂ, ਉਹ ਤਾਂ ਅਗਲੇ ਕਹਿੰਦੇ ਕੋਈ ਨਹੀਂ ਹੱਲ ਹੋ ਜਾਓ, ਪੈਸੇ ਭੇਜ ਦਵਾਂਗਾ ਹੱਲ ਹੋ ਜਾਓ, ਮਗਰ ਬਾਅਦ 'ਚ ਕੋਈ ਨਹੀਂ ਪੁੱਛਦਾ ਬਾਅਦ 'ਚ। ਹਾਂਜੀ ਹਾਂਜੀ ਹਾਂਜੀ, ਨਾਰੇ ਤੇ ਲਾਰਾ ਲਾਈ ਜਾਂਦੇ ਆ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ, ਜਿਵੇਂ ਅਦਾਲਤ ਦੇ ਵਿੱਚ ਤਰੀਕ ਪੈਂਦੀ ਹੈ ਉਦਾਂ ਹੀ ਇਹ ਲੀਡਰ ਜਿਹੜੇ ਲਾਰਾ, ਲਾਰੇ ਤੇ ਲਾਰਾ, ਲਾਰੇ ਤੇ ਲਾਰਾ, ਲਾਰੇ ਤੇ ਲਾਰਾ ਲਾਰਾ ਸੁਣਦੇ ਹੀ ਇਹ ਹੁਣ ਤੱਕ ਆ ਗਏ ਨੇ। ਬੀਬੀ ਤੁਸੀਂ ਕੀ ਕਹਿਣਾ ਚਾਹੁੰਦੇ ਇੱਥੇ ਇਕੱਠੇ ਹੋਏ ਅੱਜ? ਬੇਟਾ ਕੀ ਕਰੀਏ, ਅਸੀਂ ਤਾਂ ਦੁਖੀ ਹੋ ਗਏ ਇਸ ਪਿੰਡ ਦੇ ਵਿੱਚ, ਕਹਿੰਦੇ ਨੇ ਜਿਹੜਾ ਵੀ ਆਉਂਦਾ ਸਾਡੀ ਕੋਈ ਵੀ ਸੁਣਦਾ ਨਹੀਂ, ਇਸ ਪਿੰਡ ਦੇ ਵਿੱਚ ਸਾਡੀ ਕੋਈ ਸੁਣਦਾ ਨਹੀਂ, ਸਾਡੇ ਬੱਚੇ ਵੀ, ਅਸੀਂ ਵੀ ਦੁਖੀ ਇੰਨੇ ਆ ਵੀ ਪੁੱਛਣਾ, ਕਹਿੰਦੇ ਹੁੰਦੇ ਆ ਇੰਨਾ ਪਾਣੀ ਦੇ ਵਿੱਚ ਅਸੀਂ ਗੰਧ 'ਚ ਖੜੇ ਹਾਂ, ਇੰਨੀ ਗੰਦਗੀ ਸਾਡੇ ਪਿੰਡ ਦੇ ਵਿੱਚ, ਪੁੱਛਣਾ ਸਾਡੀ ਕੋਈ ਨਹੀਂ ਸੁਣ ਸੁਣਾਈ ਕਰਦਾ। ਹਾਂਜੀ, ਤੇ ਬਹੁਤ ਅਸੀਂ ਇਸ ਪਿੰਡ ਦੇ ਵਿੱਚੋਂ ਬਹੁਤ ਦੁਖੀ ਹਾਂ, ਜਿਹੜਾ ਵੀ ਆਉਂਦਾ ਸਾਡੀ ਕੋਈ ਇੰਨੀ ਵੀ ਸਾਡੇ ਬੱਚਿਆਂ ਦੀ ਤਾਂ ਸਾਡੀ ਇੰਨੀ ਵੀ ਸੁਣਾਈ ਨਹੀਂ ਹੈਗੀ, ਕਹਿੰਦੇ ਹੁੰਦੇ ਸੁਣਾਈ ਹੋ ਸਕਦੀ ਆ ਸਾਡੀ, ਕਹਿੰਦੇ ਹੁੰਦੇ ਆ ਵੀ ਸਾਨੂੰ ਦੇਖਣ ਆ ਕੇ ਕਿਸ ਸਾਡੀ ਹਾਲਤ ਹੈ। ਬੀਬੀ ਇਹ 5 ਸਾਲ ਬਾਅਦ ਜਿਹੜਾ ਸਾਡੇ ਕੋਲ ਸੰਵਿਧਾਨਕ ਹੱਕ ਹੈਗਾ ਵੀ ਜੇ ਉਹ ਨਹੀਂ ਕੰਮ ਕਰਦੇ ਤਾਂ ਦੁਬਾਰਾ ਫਿਰ ਤੁਹਾਡੇ ਕੋਲ ਗਲ ਦੇ ਵਿੱਚ ਸਾਫੇ ਪਾ ਕੇ ਮਿੰਨਤਾਂ ਕਰਦੇ ਹੁੰਦੇ, ਘਰ ਘਰ ਜਾਂਦੇ ਹੁੰਦੇ ਆ ਵੀ ਸਾਨੂੰ ਵੋਟਾਂ ਪਾਓ, ਅੱਗੇ ਤਾਂ ਤੁਹਾਨੂੰ ਅਸੀਂ ਨਹੀਂ ਕੁਛ ਕੀਤਾ, ਐਤਕੀ ਫਿਰ ਦੁਬਾਰਾ ਮੌਕਾ ਦਿਓ ਸਾਨੂੰ, ਐਤਕੀ ਤੁਸੀਂ ਕੀ ਕਰੋਗੇ? ਅਸੀਂ ਤਾਂ ਉਹਨਾਂ ਨੂੰ ਇਹ ਕਰਾਂਗੇ, ਧੱਕੇ ਮਾਰ ਕੇ ਬਾਹਰ ਕੱਢਾਂਗੇ। ਹਾਂਜੀ, ਸਾਡੇ ਮੁਹੱਲੇ ਦੇ ਵਿੱਚ ਇੱਕ ਵੀ ਵੋਟ ਉਹਨਾਂ ਨੂੰ ਦੇਵਾਂਗੇ ਨਾ, ਜਿਹੜਾ ਇਨਸਾਨ ਸਾਡੀ ਸਾਡੀ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ, ਸਾਡੀ ਜ਼ਿੰਦਗੀ ਖਰਾਬ ਕੀਤੀ, ਉਹਨੇ ਕਿਉਂ ਉਹਨਾਂ ਨੂੰ ਅਸੀਂ ਵੋਟ ਦਈਏ? ਉਹ ਤਾਂ ਮਾਰ ਕੇ ਛੇਤਰ ਬਾਹਰ ਕੱਢਣਾ ਅਸੀਂ, ਹਾਂ ਅਸੀਂ ਕਿੱਦਾਂ ਸਾਡੇ ਦਾ ਹਾਲ ਕੇ ਬੁਰਾ ਕੀਤਾ ਆ, ਉਹਨੇ ਮੰਦਾ ਹਾਲ ਸਾਡਾ ਕੀਤਾ, ਉਹਨੇ ਸਾਡੇ ਕੀ ਲੱਗਦੇ ਆ, ਅਸੀਂ ਤਾਂ ਉਹਨਾਂ ਨੂੰ ਵੜਨ ਨਾ ਦੇਵਾਂਗੇ, ਇੱਥੇ ਵੋਟ ਕਦੇ ਨਾ ਦੇਵਾਂਗੇ ਉਹਨਾਂ ਨੂੰ ਜਿਹੜੇ ਮੁੜ ਕੇ ਸਾਡੇ ਕੋਲ ਦੁਬਾਰਾ ਆਉਣਗੇ ਵੋਟ ਲੈਣ, ਜਾਂ ਸਾਡੀ ਕੋਈ ਸੁਣੀ ਨਹੀਂ ਉਹਨੇ, ਇਹ ਤਾਂ ਛੱਪੜਾਂ ਦੇ ਵਿੱਚ ਸਾਨੂੰ ਡੋਬ ਦਿੱਤਾ ਉਹਨੇ, ਸਾਡੇ ਬੱਚਿਆਂ ਤੋਂ ਸਾਨੂੰ ਰੋਲ ਕੇ ਰੱਖ ਦਿੱਤਾ। ਬਿਲਕੁਲ ਜੀ, ਇਹ ਲੋਕਤੰਤਰ ਦੇਸ਼ ਹੈ ਭਾਰਤ, ਭਾਰਤ ਦੇ ਅੰਦਰ ਲੋਕ ਆਪਣਾ ਤੰਤਰ ਹੋਣ ਦੇ ਬਾਵਜੂਦ ਵੀ ਇੰਨਾ ਦੁਖੀ ਹੋਣ ਬੜੀ ਮਾੜੀ ਗੱਲ ਹੈਗੀ ਆ। ਇੱਕ ਪਾਸੇ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਹੈਗਾ ਆ, ਧੀਆਂ ਸਾਡੀਆਂ, ਭੈਣਾਂ ਸਾਡੀਆਂ, ਉਹਨਾਂ ਨੇ ਲੋਹੜੀ ਮੰਗਣੀ ਸੀ ਪ੍ਰਾਤਾਂ ਸਿਰ 'ਤੇ ਰੱਖ ਕੇ ਬੜੇ ਚਾਅ ਅਤੇ ਉਤਸ਼ਾਹ ਦੇ ਨਾਲ, ਉਹਨਾਂ ਨੇ ਗੀਤ ਗਾਉਣੇ ਸੀਗੇ, ਪਰ ਉੱਥੇ ਉਲਟਾ ਤੁਸੀਂ ਅੱਜ ਪਿੰਡ ਇਕੱਠਾ ਹੋ ਕੇ ਜਿੰਦਾਬਾਦ ਮੁਰਦਾਬਾਦ ਸਰਕਾਰ ਦੇ ਵਿਰੁੱਧ ਤੁਸੀਂ ਨਾਅਰੇ ਲਾ ਰਹੇ ਹੋ, ਕੀ ਸਮੱਸਿਆ ਤੁਹਾਡੀ? ਸਾਡੀ ਸਮੱਸਿਆ ਇਹ ਆ, ਕਿੱਦਾਂ ਵੀ ਸਾਡੇ ਰਵਿਦਾਸ ਗੁਰਦੁਆਰਾ, ਇਹਦੇ ਕੋਲ ਜੋ ਕਦੀ ਵੀ ਹੋਵੇ ਤਾਂ ਪਾਣੀ, ਮੀਂਹ ਪੈਂਦਾ ਥੋੜ੍ਹਾ ਜਿਹਾ ਜ਼ਿਆਦਾ ਪਾਣੀ ਖੜ ਜਾਂਦਾ, ਛੱਪੜ ਦਾ ਸਾਡਾ ਕੋਈ ਹੱਲ ਨਹੀਂ ਕਰਦਾ, ਅਤੇ ਲੋਹੜੀ ਦਾ ਇੰਨਾ ਤਿਉਹਾਰ ਆ ਕੁੜੀਆਂ ਦਾ ਵਧੀਆ ਹੁੰਦਾ, ਉਹ ਬੇਕਾਰ ਗਿਆ ਅੱਜ, ਅਤੇ ਸਾਨੂੰ ਇਹੀ ਚਾਹੀਦਾ ਸਾਨੂੰ ਛੱਪੜ ਦਾ ਕੋਈ ਹੱਲ ਕਰੋ, ਕਿ ਜਦੋਂ ਵੀ ਗਰਮੀਆਂ ਆਦੀਆਂ ਇੰਨਾ ਮੱਛਰ ਹੁੰਦਾ ਇੱਥੇ ਕਿ ਸਾਨੂੰ ਰਹਿਣਾ ਮੁਸ਼ਕਲ ਹੋ ਜਾਂਦਾ, ਮੁਸ਼ਕ ਇੰਨਾ ਗੰਦਾ ਆਉਂਦਾ ਕਿ ਲੰਘ ਨਹੀਂ ਸਕਦੇ ਕੋਲ ਦੀ, ਬਾਹਰੋਂ ਵੀ ਕੋਈ ਆਉਂਦਾ
ਤੁਸੀਂ ਸਮੇਂ ਸਮੇਂ ਤੇ ਹੁਣ ਤੱਕ ਬਹੁਤ ਵਾਰੀ ਵੋਟਾਂ ਪਾਈਆਂ, ਤੁਹਾਡੇ ਬਜ਼ੁਰਗਾਂ ਨੇ ਪਾਈਆਂ, ਉਹਨਾਂ ਦੇ ਬਜ਼ੁਰਗਾਂ ਨੇ ਪਾਈਆਂ, ਇਹ ਸਮੱਸਿਆ ਜਿਉਂ ਦੀ ਤਿਉਂ ਹੀ ਹੈ ਤੇ ਇਸ ਵਾਰ ਲੀਡਰਾਂ ਨੂੰ ਤੁਸੀਂ ਕੀ ਕਹੋਗੇ? ਅਸੀਂ ਲੀਡਰਾਂ ਤੋਂ ਇਹੀ ਕਹਾਂਗੇ ਜਿੱਦਾਂ ਆਏ ਤੁਸੀਂ ਉੱਦੇ ਵਾਪਸ ਚੱਲ ਜਾਓ। ਮੈਡਮ ਜੀ ਜਿੱਦਾਂ ਲੋਕਾਂ ਦੇ ਕੋਲ ਇੱਕ ਸ਼ਕਤੀ ਹੁੰਦੀ ਆ ਜਿਨ੍ਹਾਂ ਨੂੰ ਅਸੀਂ MLA MP ਬਣਾ ਕੇ ਭੇਜਦੇ ਹਾਂ ਅਤੇ ਉਹ 5 ਸਾਲ ਬਾਅਦ ਫਿਰ ਦੁਬਾਰਾ ਆਉਂਦੇ ਆ, ਹੁਣ ਤੁਸੀਂ ਇਹ ਸਮੱਸਿਆ ਲੰਬੇ ਸਮੇਂ ਤੋਂ ਦੱਸ ਰਹੇ ਹੋ ਅਤੇ ਹੁਣ ਫਿਰ ਵੋਟਾਂ ਮੰਗਣ ਤੁਹਾਡੇ ਕੋਲ ਆਉਣਾ ਹੈਗਾ ਆ, ਤੁਸੀਂ ਉਹਨਾਂ ਨੂੰ ਕੀ ਕਹੋਗੇ? ਵੋਟਾਂ ਵਾਲੇ ਤਾਂ ਆਉਂਦੇ ਮੰਗਣ, ਕਿਉਂਕਿ ਜਦੋਂ ਵੀ ਆਉਂਦੇ ਆ ਪਹਿਲਾਂ ਤਾਂ ਵੋਟਾਂ ਪੈਰੀ ਪੈਂਦੇ ਆ, ਮੁੜ ਕੇ ਕੋਈ ਪੁੱਛਦਾ ਨਹੀਂ ਹੈਗਾ ਅਤੇ ਪੈਰੀ ਪੈਣ ਨਾਲੋਂ ਤਾਂ ਸਾਡੇ ਜਦੋਂ ਵੀ ਪਿੰਡ 'ਚ ਗੱਡੀ ਲੈ ਕੇ ਵੜਾਂਗੇ ਉਦੋਂ ਅਸੀਂ ਉਸ ਵੇਲੇ ਬਾਹਰ ਕੱਢ ਦਾਂਗੇ ਅਤੇ ਸਾਡੇ ਸਾਰੇ ਰੋਗ ਵੀ ਸਾਡੇ ਨਾਲ ਹੀ ਆ, ਅਸੀਂ ਆਪਣੇ ਪਿੰਡ ਦਾ ਸਾਡੇ ਦਾ ਕੋਈ ਸੁਧਾਰ ਨਹੀਂ ਹੁੰਦਾ, ਹੱਲ ਨਹੀਂ ਹੁੰਦਾ, ਅਸੀਂ ਇਸ ਕਰਕੇ ਕਿਸੇ ਨੂੰ ਪਿੰਡ 'ਚ ਬਾਹਰ ਨਾ ਕੱਢਾਂਗੇ ਜਿਹੜੇ ਵੋਟਾਂ ਮੰਗਣ ਆਉਂਗੇ, ਜੁੱਤੀ ਹਾਲ ਪਾ ਕੇ ਕੱਢਾਂਗੇ ਘਰ 'ਚ, ਹਾਂਜੀ ਕਾਲਾ ਮੂੰਹ ਕਰਾਂਗੇ ਉਹਨਾਂ ਦਾ ਜੇ ਵੋਟਾਂ ਮੰਗਣ ਆਉਂਗੇ ਇਸ ਟਾਈਮ। ਮੈਡਮ ਜੀ ਤੁਹਾਡੇ ਕੋਲ ਇੱਕ ਬਹੁਤ ਵੱਡੀ ਸ਼ਕਤੀ ਹੈਗੀ ਆ, ਜੇ ਪਹਿਲੇ ਲੀਡਰਾਂ ਨੇ ਕੰਮ ਨਹੀਂ ਕੀਤਾ, ਵਿਕਾਸ ਨਹੀਂ ਕੀਤਾ, ਦੁਬਾਰਾ ਤੁਸੀਂ ਬਦਲ ਸਕਦੇ ਜਾਂ ਉਹਨਾਂ ਨੇ ਦੁਬਾਰਾ ਫਿਰ ਆਉਣਾ ਹੁੰਦਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਅਤੇ ਵੋਟਾਂ ਫਿਰ ਜਲਦੀ ਆ ਰਹੀਆਂ, ਤੁਸੀਂ ਕੀ ਕਹੋਗੇ ਉਹਨਾਂ ਨੂੰ? ਬਸ ਅਸੀਂ ਉਹਨਾਂ ਨੂੰ ਜੁੱਤੀਆਂ ਦਾ ਹਾਰ ਪਾ ਕੇ ਬਾਹਰ ਕੱਢਾਂਗੇ, ਸਾਡੀ ਜਿਹੜੇ ਗਲੀ 'ਚ ਵੜਨਗੇ ਅਸੀਂ ਮੁੜ ਕੇ ਵੋਟ ਪਾਵਾਂਗੇ, ਪਰ ਜੇ ਕੋਈ ਹੱਲ ਕਰੂੰਗੇ ਤਾਂ ਨਹੀਂ ਤਾਂ ਵੋਟਾਂ ਅਸੀਂ ਪਾਉਣੀ ਨਹੀਂ, ਪਹਿਲਾਂ ਸਾਡਾ ਹੱਲ ਕਰੋ, ਕੋਈ ਵੀ ਸਮੱਸਿਆ ਸਾਡੀ ਦੂਰ ਕਰੋ ਫਿਰ ਅਸੀਂ ਵੋਟਾਂ ਪਾਵਾਂਗੇ। 5-7 ਸਾਲ ਹੋ ਗਏ ਸਾਨੂੰ ਇੱਦਾਂ ਪਾਣੀ 'ਚ ਫਿਰਦਿਆਂ ਨੂੰ, ਸਾਡੇ ਬੱਚੇ ਖੇਡਣ ਤੋਂ ਮਜਬੂਰ ਆ, ਕਿੱਥੇ ਖੇਡਣ ਕਿੱਥੇ ਜਾਣ, ਸਕੂਲ ਜਦੋਂ ਸਕੂਲ ਜਾਣਾ ਤਾਂ ਦੇਖਦੇ ਪਾਣੀ 'ਚ ਖੜ ਖੜ ਕੇ ਨਿਆਣੇ, ਅਸੀਂ ਕਿੱਦਾਂ ਜਾਣਾ, ਕੋਈ ਲੰਘ ਨਹੀਂ ਸਕਦਾ, ਕੋਈ ਸਾਡੇ ਸਿਆਣੇ ਬਜ਼ੁਰਗ ਆ ਉਹ ਨਹੀਂ ਆਪਣੇ ਘਰਾਂ 'ਚੋਂ ਨਿਕਲ ਸਕਦੇ ਬਾਹਰ, ਡਿੱਗਣ ਤੋਂ ਡਰਦੇ ਆ, ਇਹ ਸਮੱਸਿਆ ਦਾ ਹੱਲ ਕਰੋ। ਸਾਡੇ ਸਰਪੰਚ ਸਾਹਿਬ ਵੀ ਨਾਲ ਰਲੇ ਆ ਸਾਰਿਆਂ, ਜਿੰਨੇ ਹੈਗੇ ਜੱਟ ਸਾਡੇ ਪਿੰਡ ਦੇ ਸਾਰੇ ਨਾਲ ਰਲੇ ਹੋ ਆ। ਮੈਡਮ ਜੀ ਤੁਸੀਂ ਇੱਥੇ ਦੇ ਮੈਂਬਰ ਪੰਚਾਇਤ ਹੈਗੇ ਆ ਅਤੇ ਇਹ ਜਿਹੜੀ ਸਮੱਸਿਆ ਤੁਸੀਂ ਹੱਲ ਕਿਉਂ ਨਹੀਂ ਕਰਾਈ? ਅਸੀਂ ਤਾਂ ਬਹੁਤ ਕਹਿੰਦੇ ਹਾਂ ਪਰ ਅਗਲੇ ਜੱਟਾਂ ਨਾਲ ਰਲ ਜਾਂਦੇ ਆ, ਹੁਣ ਇਕੱਲੇ ਥੋੜ੍ਹੇ ਕੁਛ ਕਰ ਸਕਦੇ ਰਲਿਆ ਜਾਂ ਸਰਪੰਚ ਰਲਿਆ ਕਿਹਦੇ ਨਾਲ? ਜੱਟਾਂ ਰਲੇ ਜਿਹੜੇ ਮੂਹਰੇ ਖੂਹ ਵਾਲੇ ਆ, ਉਹਨਾਂ ਰਲਿਆ ਉਹ ਜਿੱਦਾਂ ਜੇ ਕਹਿੰਦੇ ਬੰਨ ਲਾ ਤਾਂ ਬੰਨ ਲਾਉਂਦੇ, ਜੇ ਕਹਿੰਦੇ ਖਾਂਦਕਾ ਬੰਨ ਲਓ ਖਾਂਦਕਾ ਬੰਨ ਦਿੰਦੇ ਆ ਅਤੇ ਪਾਣੀ ਸਾਡਾ ਕਿਸੇ ਪਾਸੇ ਨਿਕਲ ਨਹੀਂ ਦਿੰਦੇ, ਪਾਣੀ ਸਾਰਾ ਰੋਕਿਆ ਬੰਨ ਲਾ ਕੇ। ਹਾਂਜੀ ਅਤੇ ਇੱਥੇ ਜਦੋਂ ਪਿੱਛੇ ਵੋਟਾਂ ਲੰਘ ਕੇ ਗਈਆਂ ਪੰਜਾਬ ਦੀ ਸਰਕਾਰ ਬਣੀ ਆ, ਉਦੋਂ ਲਾਰੇ ਲਾਏ ਸੀ, ਵਾਅਦੇ ਕੀਤੇ ਸੀ, ਸਾਰੇ ਕਹਿੰਦੇ ਸੀਗੇ ਵੀ ਇਹ ਤੁਹਾਡਾ ਸਰਪੰਚ ਜਿਹੜਾ ਛੱਪੜ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਾਂਗੇ। 4 ਸਾਲ ਹੋ ਚੱਲੇ ਨੇ ਸਰਕਾਰ ਬਣੀ ਨੂੰ, ਹੁਣ ਤੱਕ ਹੋਇਆ ਕਿ ਨਹੀਂ? ਨਹੀਂ ਹੋਇਆ, ਕੁਛ ਨਹੀਂ ਹੋਇਆ। ਐਤਕੀ ਕੁਛ ਨਹੀਂ, ਅਸੀਂ ਕਿਸੇ ਨੇ ਨਾ ਵੋਟ ਪਾਉਣੀ ਆ, ਨਾ ਅਸੀਂ ਆਪਣੇ ਮੁਹੱਲੇ 'ਚ ਬਣ ਦੇਣਾ, ਨਾ ਪਿੰਡ 'ਚ ਬਣ ਦੇਣਾ, ਜੁੱਤੀਆਂ ਮਾਰ ਕੇ ਬਾਹਰ ਕੱਢਣੇ ਆ, ਠੇਮਾ ਮਾਨੇ ਸਾਰੇ ਇਕੱਠੇ ਕਰ ਲੈਣੇ ਸੀ ਬਸ, ਅਸੀਂ ਨਹੀਂ ਕਿਸੇ ਨੂੰ ਬਣ ਦੇਣਾ, ਪਿੰਡ 'ਚ ਬਣ ਨਹੀਂ ਦੇਣਾ, ਨਾ ਵੋਟ ਪਾਉਣੀ ਆ, ਨਾ ਪਿੰਡ 'ਚ ਬਣ ਦੇਣਾ ਕਿਸੇ ਨੂੰ। ਹਾਂਜੀ ਬਾਜੀਘਾਟ ਕਰਨਗੇ ਪਿੰਡ, ਸਾਡੇ ਪਿੰਡ ਵਿੱਚ ਵੋਟ ਲੈਣ ਕੋਈ ਬਈ ਜਾਂ ਸਾਡਾ ਕੋਈ ਕੰਮ ਨਹੀਂ ਕਰਨਾ। ਇਸ ਵੇਲੇ ਇਕੱਠਾ ਹੋਇਆ ਜਿੰਦਾਬਾਦ ਮੁਰਦਾ ਕਰਦੇ ਰਹੇ ਕਰੇ ਹੋ, ਇਹ ਕੀ ਸਮੱਸਿਆ ਹੈਗੀ ਔਰ ਕਦੋਂ ਕਦੀ ਆ ਇਹ ਸਮੱਸਿਆ? ਅੱਜ ਤੋਂ 20-25 ਸਾਲ ਪਹਿਲਾਂ ਦੀ ਆ, ਵੀ ਜਿੱਦਣ ਦੇ ਅਸੀਂ ਆਏ ਮੈਂ ਤਾਂ ਅਸੀਂ ਤਾਂ ਇਹੀ ਕੁਛ ਦੇਖਦੇ ਹਾਂ, ਬਸ ਇਹ ਛੱਪੜ ਦੀ ਸਮੱਸਿਆ ਆ, ਇਹ ਚੱਕ ਨਹੀਂ ਹੋਈ ਹਜੇ ਤੱਕ, ਇੱਥੇ ਬਹੁਤ ਵੱਡੇ ਵੱਡੇ ਲੀਡਰ ਆ ਗਏ, ਹੁਣ ਤਾਂ ਇਸ ਵੇਲੇ ਜੋ ਕੋਈ ਸਾਡੇ ਕੋਲ ਆਊਗਾ ਅਸੀਂ ਕਿਸੇ ਨੂੰ ਵੀ ਇੱਥੇ ਵੰਡ ਨਹੀਂ ਦੇਵਾਂਗੇ, ਕਿਉਂਕਿ ਸਾਡਾ ਇਸ ਵੇਲੇ ਹੈ ਇੱਦਾਂ ਦਾ ਮੁਹੱਲੇ ਦਾ ਹਾਲ ਆ ਕਿ ਅਸੀਂ ਡੁੱਬਣ ਤੱਕ ਆਏ ਹੋਏ ਹਾਂ, ਵੀ ਸਾਡੀ ਕੋਈ ਵੀ ਆ ਕੇ ਲੀਡਰ ਇੱਥੇ ਆ ਕੇ ਸਾਰ ਨਹੀਂ ਲੈਂਦੇ, ਵੋਟਾਂ ਵੇਲੇ ਤਾਂ ਆ ਕੇ ਸਾਨੂੰ ਬਹੁਤ ਲਾਰੇ ਲਾਉਂਦੇ ਆ, ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ, ਇਸ ਵੇਲੇ ਅਸੀਂ ਕੋਈ ਸਰਕਾਰ ਨਹੀਂ ਦੇਖੀ ਜੋ ਕਿ ਸਾਡੇ ਪਿੰਡ ਦੇ ਧਲੇਤੇ ਦਾ ਨਹੀਂ, ਇਹ ਛੱਪੜ ਦਾ ਮਸਲਾ ਹੱਲ ਹੀ ਨਹੀਂ ਕੀਤਾ, ਅਸੀਂ ਕਿਸੇ ਨੂੰ ਵੀ ਕਿਸੇ ਨੂੰ ਵੋਟ ਨਹੀਂ ਪਾਵਾਂਗੇ, ਅਸੀਂ ਇਸ ਵੇਲੇ ਅਸ ਲਿਖ ਕੇ ਵੋਟ ਇੱਥੇ ਲਾਵਾਂਗੇ ਵੀ ਸਾਡੇ ਮੁਹੱਲੇ 'ਚ ਕੋਈ ਸਾਡੇ ਤੋਂ ਵੋਟ ਮੰਗਣ ਨਾ ਆਵੇ, ਅਸੀਂ ਇਸ ਵੇਲੇ ਬਹੁਤ ਦੁਖੀ ਹਾਂ, ਸਾਡਾ ਮੁਹੱਲਾ ਸਾਰਾ ਡੁੱਬਿਆ ਪਿਆ, ਸਾਡੇ ਬੱਚੇ ਡੈਗਦੇ, ਨਿਆਣੇ ਸਾਡੇ ਪੜ੍ਹਨ ਨਹੀਂ ਜਾਂਦੇ, ਸੱਪ ਸਾਡੇ ਅੰਦਰਾਂ 'ਚ ਵੜਦੇ, ਦੱਸੋ ਅਸੀਂ ਕੀ ਕਰਾਂਗੇ, ਬਹੁਤ ਔਖਾ ਹੈ ਇਸ ਵੇਲੇ ਸਾਡਾ, ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਪੰਚ ਸਾਹਿਬ ਇੱਥੇ ਜਿਹੜੇ ਲੋਕ ਅੱਜ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾ ਰਹੇ ਹੋ, ਇੱਕ ਪਾਸੇ ਧੀਆਂ ਦੀ ਜਿਹੜੀ ਲੋਹੜੀ ਦਾ ਪ੍ਰੋਗਰਾਮ ਹੈਗਾ ਆ ਅੱਜ ਖੁਸ਼ੀ ਅਤੇ ਚਾਵਾਂ 'ਤੇ, ਤੁਸੀਂ ਹੋਰੇ ਪਾਸੇ ਉਲਝੇ ਹੋ ਆ, ਅੱਜ ਬੜਾ ਸਤਿਕਾਰ ਕਰ ਰਹੇ ਹੋ ਪ੍ਰਸ਼ਾਸਨ ਦਾ ਅਤੇ ਸਰਕਾਰ ਦਾ, ਇਹ ਕੀ ਮਾਮਲਾ ਹੈਗਾ ਆ? ਇਹ ਮਾਮਲਾ ਸਾਡੇ ਪਿੰਡ ਦਾ ਬਹੁਤ ਚਿਰ ਤੋਂ ਲਟਕਦਾ ਆ ਰਿਹਾ, ਸਾਡਾ ਜਿਹੜਾ ਜਦ ਮੀਂਹ ਦਾ ਪਾਣੀ ਪੈਂਦਾ ਹੈਗਾ ਉਸ ਵੇਲੇ ਰਾਹਾਂ ਦਾ ਪਾਣੀ ਮੂੰਹ ਦਾ ਪਾਣੀ ਬਾਹਰ ਨੂੰ ਨਿਕਲ ਜਾਂਦਾ ਸੀਗਾ, ਜਦ ਵੀ ਜ਼ਿਮੀਂਦਾਰ ਉੱਠਦੇ ਆ ਉੱਠ ਕੇ ਸਾਡੇ ਘਰਾਂ ਦੇ ਵਿੱਚ ਆ ਕੇ ਬੰਨ ਲਾ ਜਾਂਦੇ ਆ, ਪਾਣੀ ਜਿਹੜਾ ਪਿੰਡ ਦੇ ਵਿੱਚ ਵੜਦਾ ਸਾਡੇ ਘਰਾਂ ਦੇ ਵਿੱਚ ਪਾਣੀ ਵੜਦਾ ਹੈਗਾ, ਅੱਜ ਬੜੀ ਠੰਡ ਆ,
ਨਿਆਣਿਆਂ ਦੀ ਲੋਹੜੀ ਆ, ਨਿਆਣੀ ਵੀ ਬੜੇ ਤਾੜਲਿਆਂ ਦੇ ਨਾਲ ਇੱਧਰ ਉੱਧਰ ਤੁਰੇ ਫਿਰਦੇ ਆ, ਕਈਆਂ ਲੋਕਾਂ ਦਾ ਬਿਮਾਰ ਹੋਣ ਦਾ ਵੀ ਖਤਰਾ ਆ। ਇਹ ਜਿਹੜਾ ਛੱਪੜ ਹੈਗਾ ਸਾਡੀ ਆਬਾਦੀ ਦੇ ਵਿੱਚ ਆ ਗਿਆ, ਜਦਕਿ ਉਹ ਬੰਨ ਜਿਹੜਾ ਲਾਇਆ ਜਿਹੜੇ ਬੰਦੇ ਨੇ ਲਾਇਆ ਉਹ ਖੋਲ੍ਹੇ ਜਾਂ ਨਾ ਖੋਲ੍ਹੇ ਵੇਲੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਉਹ 'ਤੇ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਇਹ ਬੰਨ ਲਾਉਂਦਾ ਆ ਜਾਂ ਲਾਇਆ ਜਿਹਨੇ। ਕੀ ਲੱਗਦਾ ਵੀ ਬੰਨ ਇਹ ਕਿਹਨਾਂ ਨੇ ਲਾਇਆ? ਜ਼ਿਮੀਂਦਾਰਾਂ ਨੇ ਲਾਇਆ ਬੰਨ, ਸਰਪੰਚ ਨੇ ਲਵਾਇਆ, ਜੇ ਬੀ ਸੀ ਆਪਣੀ ਭੇਜ ਕੇ। ਸਰਪੰਚ ਮੌਜੂਦਾ ਨੇ? ਮੌਜੂਦਾ ਸਰਪੰਚ। ਕੀ ਨਾਮ ਉਹਨਾਂ ਦਾ? ਹਰਜੀਤ ਸਿੰਘ। ਇਹਨਾਂ ਨੇ ਮੰਗ ਕੀਤੀ ਆ ਕਿ ਇਹ ਜਿਹੜਾ ਬੰਨ ਲਾਇਆ ਹੈਗਾ ਜੇ ਸੀ ਬੀ ਦੇ ਨਾਲ, ਤਾਂ ਜਿਹਨਾਂ ਨੇ ਲਗਵਾਇਆ ਉਹਨਾਂ 'ਤੇ ਇਹ ਕਾਰਵਾਈ ਕੀਤੀ ਆ, ਕੀ ਕਹਿਣਾ ਚਾਹੁੰਦੇ ਅੱਜ ਕਿਸ ਕੰਮ ਲਈ? ਅੱਜ ਤੁਸੀਂ ਬੜਾ ਸਵਾਗਤ ਕਰ ਰਹੇ ਹੋ ਸਰਕਾਰਾਂ ਦਾ, ਜਿੰਦਾਬਾਦ ਮੁਰਦਾਬਾਦ ਕਹਿ ਕੇ, ਕੀ ਕਹਿਣਾ ਚਾਹੁੰਦੇ? ਹਾਂਜੀ, ਤੁਸੀਂ ਦੇਖ ਹੀ ਲਿਆ ਜੋ ਲੋਕਾਂ ਨੂੰ ਸਮੱਸਿਆ ਜਿਹੜੀ ਧਲੇਤੇ ਦੇ ਲੋਕਾਂ ਨੂੰ ਸਮੱਸਿਆ ਨਾਲ ਜੂਝ ਰਹੇ ਆ। ਇੱਕ ਤਾਂ ਅੱਜ ਲੋਹੜੀ ਦਾ ਤਿਉਹਾਰ ਵੀ ਆ, ਔਰ ਤੁਸੀਂ ਦੇਖਿਆ ਵੀ ਲੰਘਣਾ ਕਿੰਨਾ ਜਿਹੜਾ ਮੁਸ਼ਕਲ ਹੋਇਆ ਇੱਥੇ, ਵੀ ਨਾ ਕੋਈ ਜੇ ਕੋਈ ਬੱਚਾ ਬਿਮਾਰ ਹੋ ਜਾਂਦਾ ਜਾਂ ਕੋਈ ਸਿਆਣਾ ਬਿਮਾਰ ਹੋ ਜਾਂਦਾ ਉਹਦਾ ਵੀ ਲੰਘਣਾ ਬਣਨਾ ਬਹੁਤ ਜਿੱਦਾਂ ਮੁਸ਼ਕਲ ਹੋਇਆ, ਔਰ ਜਿਹੜਾ ਪਾਣੀ ਓਵਰਫਲੋ ਹੋ ਕੇ ਛੱਪੜ ਦਾ ਬਾਹਰ ਨੂੰ ਜਾਂਦਾ ਜਾਂ ਮੀਂਹ ਦਾ ਪਾਣੀ ਬਾਹਰ ਨੂੰ ਨਿਕਲਦਾ ਸੀਗਾ ਉਹ ਅੱਗੇ ਤੋਂ ਬੰਨ ਜਿੱਦਾਂ ਲਾ ਦਿੱਤਾ ਆ। ਅਤੇ ਸਰਪੰਚ ਸਾਹਿਬ ਕਹਿੰਦੇ ਆਪ, ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਤਾਂ ਫੋਨ ਆਇਆ ਸੀ ਮੈਨੂੰ ਵੀ, ਮੈਂ ਜੇ ਸੀ ਬੀ ਭੇਜ ਦਿੱਤੀ ਅਤੇ ਉਹਨਾਂ ਨੇ ਕਹਿੰਦਾ ਦੱਸਿਆ ਵੀ ਬੰਨ ਲਾ ਦਿੱਤਾ, ਠੀਕ ਆ ਜੀ। ਔਰ ਅਸੀਂ ਉਹਨਾਂ ਨੂੰ ਕੱਲ੍ਹ ਕੀਤੀ ਕਾਲ ਆ ਅਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੀ ਕਰ ਦਿੰਦੇ ਹਾਂ, ਪਰ ਉਹਨਾਂ ਨੇ ਵੀ ਮੌਕੇ 'ਤੇ ਕੋਈ ਆਪਣੀ ਜਿਹੜੀ ਲੋਕਾਂ ਦੀ ਸਮੱਸਿਆ ਨਹੀਂ ਸੁਣੀ ਵੀ ਜਿਹਨਾਂ ਨੇ ਜਿਹੜੀ ਉਹਨਾਂ ਨੂੰ ਸੁਣਨੀ ਚਾਹੀਦੀ ਸੀਗੀ ਵੀ ਉਹਨਾਂ ਉਹਦਾ ਹੱਲ ਨਹੀਂ ਕੱਢਿਆ, ਨਹੀਂ ਤਾਂ ਮੌਕੇ 'ਤੇ ਵੀ ਉਹ ਬੰਨ ਤੁੜਵਾ ਸਕਦੇ ਸੀਗੇ, ਲੇਕਿਨ ਉਹਨਾਂ ਨੇ ਵੀ ਲੋਕਾਂ ਦੀ ਜਿਹੜੀ ਹਮਦਰਦੀ ਨਹੀਂ ਜਿਹੜੀ ਉਹ ਲਈ, ਠੀਕ ਹੈ। ਔਰ ਦੂਜੀ ਗੱਲ ਇਹ ਆ ਵੀ ਅਗਲੇ ਮਹੀਨੇ ਸਾਡਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਪ੍ਰੋਗਰਾਮ ਆ ਰਿਹਾ ਆ ਅਤੇ ਉਹ ਵੀ ਜਿਹੜਾ ਆ ਅਸੀਂ ਪ੍ਰੋਗਰਾਮ ਮਨਾਵਾਂਗੇ। ਇੱਦਾਂ ਦੇ ਹਾਲਾਤਾਂ ਦੇ ਵਿੱਚ ਜਿਹੜੀ ਸੰਗਤ ਆ ਉਹਦੇ ਵਿੱਚ ਵੀ ਭਾਰੀ ਰੋਸ ਆ ਵੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਕਿੱਦਾਂ ਪ੍ਰੋਗਰਾਮ ਮਨਾ ਸਕਦੇ ਹਾਂ, ਠੀਕ ਹੈ ਜੀ। ਔਰ ਜੇ ਸਾਡੀ ਪ੍ਰਸ਼ਾਸਨ ਨੇ ਜਾਂ ਕਿਸੇ ਹੋਰ ਨੇ ਨਹੀਂ ਸੁਣੀ ਤਾਂ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਊਗਾ, ਔਰ ਅਸੀਂ ਕਿਸੇ ਵੀ ਹੱਦ ਤੱਕ ਜਿਹੜਾ ਸੰਘਰਸ਼ ਉਹਨੂੰ ਲੈ ਕੇ ਜਾਵਾਂਗੇ ਜੀ। ਭਾਅ ਜੀ, ਅੱਜ ਇਹ ਜਿਹੜਾ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਦੇ ਘਰਾਂ 'ਚ ਪਾਣੀ ਗਿਆ ਹੈਗਾ, ਤੁਸੀਂ ਇਸ ਵੇਲੇ ਤਿਉਹਾਰ ਹੋਣ ਦੇ ਬਾਵਜੂਦ ਵੀ ਆਪਣੇ ਘਰਾਂ ਤੋਂ ਬਾਹਰ ਹੋ, ਸਾਰਾ ਪਿੰਡ ਜਿਹੜਾ ਉਹ ਜਿਹੜਾ SC ਮਹੱਲਾ ਖਾਸ ਕਰਕੇ ਉਹ ਸਾਰੇ ਇਕੱਠੇ ਹੋਏ, ਕੀ ਸਮੱਸਿਆ ਹੈਗੀ ਆ? ਸਮੱਸਿਆ ਜੇ ਹੁਣ ਤੋਂ ਨਹੀਂ ਹੈਗੀ, 30-35 ਸਾਲ ਤੋਂ ਸਮੱਸਿਆ ਸਾਡੇ ਛੱਪੜ ਦੀ। ਕਈ ਸਰਕਾਰਾਂ ਗਈਆਂ ਤਾਂ ਆਈਆਂ, ਕਿਵੇਂ ਤੋਂ ਇੱਕ ਵਾਰੀ ਗੱਲ ਆਪਾਂ ਕਰ ਚੁੱਕੇ ਹਾਂ ਪਿੱਛੇ 'ਤੇ, ਸਰਕਾਰਾਂ ਆਉਂਦੀਆਂ ਜਾਂਦੀਆਂ, ਕਈ ਵਾਰੀ ਲਾਰੇ ਲਾ ਜਾਂਦੇ ਆ, ਐਤਕੀ ਅਗਲੀ ਵਾਰ ਆਊਗਾ ਅਗਲੀ ਵਾਰ ਕਰਾਂਗੇ ਇਸ ਵਾਰ ਕਰਾਂਗੇ, ਪਰ ਕੋਈ ਫਾਇਦਾ ਨਹੀਂ। ਹੁਣ ਵੀ ਤੁਹਾਡੇ ਸਾਹਮਣੇ ਆਪਣੇ ਵੀਡੀਓ ਸਾਹਿਬ ਆਏ ਸੀਗੇ, ਉਹ ਵੀ ਸਾਨੂੰ ਵਿਸ਼ਵਾਸ ਦੇ ਕੇ ਚਲਾ ਗਿਆ ਵੀ ਅਗਲੀ ਵਾਰ 2-4 ਮਹੀਨੇ ਬੱਚ ਬੱਚ ਕੋ ਹੱਲ ਦੇਖਦੇ ਹਾਂ, ਪਾਣੀ ਇੱਧਰ ਪਾਉਂਦੇ ਹਾਂ ਪਾਣੀ ਉੱਧਰ ਪਾਉਂਦੇ ਹਾਂ, ਇਹਦਾ ਮਸਲਾ ਹੱਲ ਕਰਾਂਗੇ। ਉਹ ਵੀ 2-4 ਮਿੰਟ ਲਾ ਕੇ ਮੁੜ ਕੇ ਚਲ ਗਏ। ਇਸੇ ਤਰ੍ਹਾਂ ਅੱਗੇ ਵੀ ਕਈ ਵਾਰ ਵੀਡੀਓ ਸਾਹਿਬ ਆਏ, ਉਹ ਵੀ ਇਹੀ ਗੱਲ ਕਹਿ ਕੇ ਚਲ ਗਿਆ ਵੀ ਅਸੀਂ ਕੋਈ ਨਹੀਂ ਹੁਣ ਕਰਦੇ ਹਾਂ ਅਗਲੀ ਵਾਰ ਕਰਦੇ ਹਾਂ, ਬਸ ਇਸ ਤਰ੍ਹਾਂ ਹੋ ਰਿਹਾ। 35-30-35 ਸਾਲ ਤੋਂ ਪੰਚਾਇਤ ਬਦਲਦੀ ਆ ਰਹੀ ਹੈ, ਸਰਕਾਰਾਂ ਵੀ ਬਦਲਦੀਆਂ ਰਹੀਆਂ, ਪਰ ਇਹਦਾ ਮਸਲਾ ਨਹੀਂ ਕੋਈ ਹੱਲ ਹੋਇਆ ਜੀ, ਠੀਕ ਹੈ ਜੀ। ਅੱਜ ਕੀ ਮੰਗ ਕਰਦੇ ਤੁਸੀਂ? ਮੰਗ ਤਾਂ ਸਾਡੀ ਇਹੀ ਆ ਵੀ ਛੱਪੜ ਨੂੰ ਇੱਥੋਂ ਬਦਲੀ ਕਰਕੇ ਹੋਰ ਜਗ੍ਹਾ ਪਾਣੀ ਪਾਇਆ ਜਾਵੇ, ਠੀਕ ਹੈ ਨਹੀਂ। ਇੱਥੇ ਚਲੋ ਪੁਰਾਣੇ ਕਹਿੰਦੇ ਜਾਂ ਗਰਾਊਂਡ ਜਾਂ ਕਿਸੇ ਹੋਰ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਜਾਵੇ, ਬਸ ਸਾਡੀ ਤਾਂ ਇਹੀ ਮੰਗ ਹੈ ਵੀ ਛੱਪੜ ਇੱਥੋਂ ਬਦਲੀ ਹੋਣਾ ਚਾਹੀਦਾ। ਜਿਹੜਾ ਕਰੰਟ ਸਮੱਸਿਆ ਜਿਹੜੀ ਹੈਗੀ ਆ ਇਸ ਵੇਲੇ ਮੌਕੇ ਦੀ, ਇਹਦਾ ਹੱਲ ਕੀ ਕੀਤਾ ਜਾ ਸਕਦਾ? ਇਹਦਾ ਹੱਲ ਇਹ ਆ ਵੀ ਇੱਥੋਂ ਛੱਪੜ ਬਦਲੀ ਕਰਤਾ ਜਾਵੇ, ਬਸ ਇੱਥੋਂ ਬਸ ਇਹੀ ਇਹਦਾ ਹੱਲ ਹੋ ਸਕਦਾ। ਹੋਰ ਜਿੱਧਰ ਮਰਜ਼ੀ ਪਾਣੀ ਪਾ ਜਾਓ, ਇਹਦਾ ਇਹ ਕੋਈ ਇਹਦਾ ਸਮੱਸਿਆ ਦਾ ਹੱਲ ਨਹੀਂ, ਜਿੰਨਾ ਕਰੇ ਇੱਥੋਂ ਸ਼ਿਫਟ ਹੋਰ ਥਾਂ ਨਹੀਂ ਹੁੰਦਾ। ਇੱਥੇ ਧਲੇਤਾ ਪਿੰਡ ਦੇ ਵਿੱਚ ਆਏ ਅੱਜ, ਇੱਥੇ ਵੱਡੀ ਸਮੱਸਿਆ ਹੈਗੀ ਆ ਪਾਣੀ ਦੀ, ਛੱਪੜ ਓਵਰਫਲੋ ਹੋ ਕੇ ਰਸਤਿਆਂ 'ਚ ਜਾਂਦਾ ਰਹਾ ਜਿਹਦੇ ਕਰਕੇ ਲੋਕਾਂ ਦੇ ਜਿਹੜੇ ਘਰ ਉਹ ਡੁੱਬੇ ਹੋਏ ਨੇ, ਇੱਥੇ ਤੁਸੀਂ ਮੌਕੇ 'ਤੇ ਆਏ ਹੋ, ਇਹਨਾਂ ਨੂੰ ਕੀ ਭਰੋਸਾ ਦੇਣਾ ਚਾਹੁੰਦੇ ਤੁਸੀਂ? ਪਿੰਡ ਧਲੇਤੇ ਪਿੰਡ ਦਾ ਛੱਪੜ ਦਾ ਮੈਂ ਮੌਕਾ ਦੇਖ ਲਿਆ, ਇੱਥੇ ਜਿਹੜਾ ਪਿੰਡ ਦਾ ਪਾਣੀ ਆ ਛੱਪੜ ਵਿੱਚ ਓਵਰਫਲੋ ਕੇ ਪਿੰਡ ਦੀਆਂ ਗਲੀਆਂ ਅਤੇ ਉਸ ਤੋਂ ਬਾਅਦ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਪੈਂਦਾ। ਹੁਣ ਇਹਨਾਂ ਪਿੰਡ ਵਾਲਿਆਂ ਨੂੰ ਅਤੇ ਜ਼ਿਮੀਂਦਾਰਾਂ ਨੂੰ ਉੱਥੇ ਆਪਣੇ ਦਫ਼ਤਰ ਬੁਲਾਇਆ, SDM ਦਫ਼ਤਰ, ਇਸ ਤੋਂ ਬਾਅਦ SDM ਸਾਹਿਬ ਨਾਲ ਅਤੇ DC ਸਾਹਿਬ ਨਾਲ ਗੱਲ ਕੀਤੀ ਜਾਊਗੀ ਅਤੇ ਇਹਨਾਂ ਦੇ ਪਾਣੀ ਦੇ ਮਸਲੇ ਦਾ ਇਹਦਾ ਕੋਈ ਨਾ ਕੋਈ ਹੱਲ ਨਿਕਾਲਿਆ ਜਾਊਗਾ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।